ਠੀਕ ਹੈ ਨਾ ਵੀਰੇ ਵੀਰੇ ਕੋਈ ਨਹੀਂ ਅਸੀਂ ਤਾਂ ਤੁਹਾਡੇ ਫੈਨ ਆ ਗੱਲੇ ਓਨਲੀ ਉਹ ਐਸਾ ਹਟਣਾ ਨਹੀਂ ਹੈਗਾ ਮੈਂ ਗੱਡੀ ਦਾ ਸ਼ੀਸ਼ਾ ਤੋੜ ਦੇਣਾ ਤੇਰੇ ਛੋਟੇ ਵਾਲੀ ਦੇ ਵੀ ਤੋੜ ਦੇਣੇ ਉਹਦੇ ਕਿਹੜਾ ਕਾਗਜ਼ ਦੇ ਆ ਹੈ ਤੋੜ ਦੇ ਤੋੜ ਕੇ ਦਿਖਾ ਉਹ ਕੌਣ ਆ ਗਿਆ ਮੈਂ ਟਰੱਕ ਵਾਲਿਆਂ ਨੂੰ ਨਾ ਅੱਜ ਤੱਕ ਮੈਂ ਇਹ ਸੋਚਿਆ ਕਿ ਬੰਦੇ ਠੀਕ ਨਹੀਂ ਹੁੰਦੇ ਨਹੀਂ ਨਹੀਂ ਠੀਕ ਆ ਜੀ ਅਸੀਂ ਤੁਸੀਂ ਮੇਰੀ ਹੈਲਪ ਕੀਤੀ ਨਾ ਨਾ ਭੈਣੇ ਕੋਈ ਨਹੀਂ ਕੋਈ ਨਹੀਂ ਤੁਹਾਡਾ ਧੰਨਵਾਦ ਹੋਵੇ ਚਲੋ ਕੋਈ ਨਹੀਂ ਕੋਈ ਨਹੀਂ प्रभावित हुई मैं इन्हां तों रिक्वेस्ट की तुसी एक चमकीला जी का सोंग सुनाओगे ते इन्हां ने मैनूं दस्या कि जदों चमकीला जी की डैथ हुई सी उस तों पहलां दा इन्हां ने एक सोंग लिखिया सी ते किसी कारण वो सोंग इन्हां तों रिकॉर्ड नहीं हो सकिया ते ओही सोंग अज ये सानू गा के सुनाउणगे ते दोस्तों ये बहुत वधिया इंसान ने बहुत नाइस ने मैं इन्हां तों मिली ते मेरा दिल बहुत खुश होया जिवें अपना स्वर्गीय चमकीला जी अखाड़े च जांदे सीगे अपना साग ते तूंबी लै के एकदम तैयार हो के ते इदां ही मैं इन्हां दे शागिर्द नूं पेश करूंगी थोड़े सामने अपने नवे प्रोजेक्ट च ते तुसी इन्हां दे सोंग नूं पसंद भी करोगे ते हुण लो जी पेश करते हाँ चमकीला जी दे मित्र नूं हेलो दोस्तों ते मिलो अपने मीके भमिया ते दोस्तों ए जी चमकीला जी दे की ने शगिर्द ते मैं उन्हां दी बहुत वड्डी फैन हाँ ਤੇ ਚਮਕੀਲੇ ਦਾ ਇੱਕ ਗਾਣਾ ਸੁਣਾ ਦੋ ਜਰੂਰ ਜਰੂਰ ਆ ਲਓ ਜੀ ਹਾਂਜੀ ਮੈਂ ਪੇਸ਼ ਕਰਨ ਜਾ ਰਿਹਾ ਜੀ ਚਮਕੀਲਾ ਜੀ ਦਾ ਗਾਣਾ ਡਿਊਟ ਗਾਣਾ ਚਲੋ ਅੱਜ ਬੀਬਾ ਜੀ ਤਾਂ ਹੈ ਨਹੀਂ ਬੀਬਾ ਜੀ ਦੇ ਯਾਦ ਨਹੀਂ ਹੈ ਚਲੋ ਖੈਰ ਬੀਬਾ ਵੀ ਮੈਂ ਹੀ ਬਣ ਜਾਂਦਾ ਤੇ ਬੀਬਾ ਵੀ ਮੈਂ ਹੀ ਬਣ ਜਾਂਦਾ ਹਾਂਜੀ ਖਾ ਗਿਆ ਨਮਾਣਾ ਮੈਨੂੰ ਚੂੜ ਚੂੜਨੀ ਖੰਡ ਦੀ ਡਲੀ ਨੂੰ ਖਿੱਚੀ ਫਿਰੇ ਭੂੜਨੀ ਖਾ ਗਿਆ ਨਮਾਣਾ ਮੈਨੂੰ ਚੂੜ ਚੂੜਨੀ ਖੰਡ ਦੀ ਡਲੀ ਨੂੰ ਖਿੱਚੀ ਫਿਰੇ ਭੂੰਡਨੀ ਉਹ ਗੁਣਾਂ ਨਾਲ ਮੇਰਾ ਭਰਿਆ ਸਰੀਰ ਨੀ ਰੰਗ ਭਾਵੇਂ ਕਾਲਾ ਦਿਲ ਚਿੱਟਾ ਚੀਰਨੀ ਗੁਣਾਂ ਨਾਲ ਮੇਰਾ ਭਰਿਆ ਸਰੀਰ ਨੀ ਰੰਗ ਭਾਵੇਂ ਕਾਲਾ ਦਿਲ ਚਿੱਟਾ ਚੀਰਨੀ ਹਏ ਕਰਦੀ ਗੁਮਾਨ ਸੀ ਮੈਂ ਗੋਰੇ ਰੰਗ ਤੇ ਗੁੱਸਾ ਹੁਣ ਚੜੇ ਮੈਨੂੰ ਅੰਗ ਅੰਗ ਤੇ ਕਰਦੀ ਗੁਮਾਨ ਸੀ ਮੈਂ ਗੋਰੇ ਰੰਗ ਤੇ ਗੁੱਸਾ ਹੁਣ ਚੜੇ ਮੈਨੂੰ ਅੰਗ ਅੰਗ ਤੇ ਕਾਲਿਆਂ ਦੇ ਭਾਗਾਂ ਵਿੱਚ ਰੰਨਾ ਗੋਰੀਆਂ ਗਿੱਦੜਾਂ ਨੇ ਚੁੱਪੀਆਂ ਕੰਮਾਂ ਤੋਂ ਪੋਰੀਆਂ ਕਾਲਿਆਂ ਦੇ ਭਾਗਾਂ ਵਿੱਚ ਰੰਨਾ ਗੋਰੀਆਂ ਗਿੱਦੜਾਂ ਨੇ ਚੁੱਪੀਆਂ ਕੰਮਾਂ ਤੋਂ ਪੋਰੀਆਂ ਹਾਏ ਹੋਇਆ ਕਿ ਜੇ ਰੰਗ ਕਾਲਾ ਵਿੱਚ ਭਾਗ ਦੇ ਜੰਮਿਆ ਸੀ ਵਿੱਚ ਮੈਂ ਤਾਂ ਪੋ ਮਾਗ ਦੇ ਹੋਇਆ ਕਿ ਜੇ ਰੰਗ ਕਾਲਾ ਵਿੱਚ ਭਾਗ ਦੇ ਜੰਮਿਆ ਸੀ ਵਿੱਚ ਮੈਂ ਤਾਂ ਪੋ ਮਾਗ ਦੇ ਹਾਏ ਬੁੜੀ ਨੇ ਤਾਂ ਮੰਜੇ ਥੱਲੇ ਧਰੀ ਅੱਗ ਸੀ ਜੰਮਦੇ ਨੂੰ ਗਿਆ ਮੈਨੂੰ ਸੇਕ ਲੱਗ ਸੀ ਬੁੜੀ ਨੇ ਤਾਂ ਮੰਜੇ ਥੱਲੇ ਧਰੀ ਅੱਗ ਸੀ ਜੰਮਦੇ ਨੂੰ ਗਿਆ ਮੈਨੂੰ ਸੇਕ ਲੱਗ ਸੀ ਹਾਏ ਮਾਪਿਆਂ ਨੇ ਮੇਰੇ ਨਾਲ ਦਗਾ ਕਰਤਾ ਪੁੜਾਂ ਦੇ ਵਿਚਾਲੇ ਮੇਰਾ ਸਿਰ ਧਰਤਾ ਮਾਪਿਆਂ ਨੇ ਮੇਰੇ ਨਾਲ ਦਗਾ ਕਰਤਾ ਪੁੜਾਂ ਦੇ ਵਿਚਾਲੇ ਮੇਰਾ ਸਿਰ ਧਰਤਾ ਮਰ ਜੇ ਵਿਚੋਲਾ ਫੁੱਟ ਗਏ ਨੇ ਭਾਗ ਨੀ ਘੁੱਗੀ ਨੂੰ ਪੜਿੱਕੜੀ ਸੀ ਫਿਰੇ ਕਾਲਾ ਕਾਗ ਨੀ ਮਰ ਜੇ ਵਿਚੋਲਾ ਫੁੱਟ ਗਏ ਨੇ ਭਾਗ ਨੀ ਘੁੱਗੀ ਨੂੰ ਕੜੀ ਸੀ ਫਿਰੇ ਕਾਲਾ ਕਾਗ ਨੀ ਹਾਏ ਜਾਗੇ ਚਮਕੀਲੇ ਕੋਲੋਂ ਪੁੱਛ ਹੁਣ ਨੀ ਕਾਲੇ ਰੰਗ ਵਿੱਚ ਹੁੰਦੇ ਲੱਖਾਂ ਗੁਣ ਨੀ ਜਾਗੇ ਚਮਕੀਲੇ ਕੋਲੋਂ ਪੁੱਛ ਹੁਣ ਨੀ ਕਾਲੇ ਰੰਗ ਵਿੱਚ ਹੁੰਦੇ ਲੱਖਾਂ ਗੁਣ ਨੀ ਪਿੰਡ ਦੁਗਰੀ ਦਾ ਸੱਚੋ ਸੱਚ ਲਿਖਦਾ ਕਾਲਾ ਰੰਗ ਤੋਲਿਆਂ ਦੇ ਭਾ ਵਿਕਦਾ ਬਾਈ ਚਮਕੀਲਾ ਸੱਚੋ ਸੱਚ ਲਿਖਦਾ ਕਾਲਾ ਰੰਗ ਤੋਲਿਆਂ ਦੇ ਭਾ ਵਿਕਦਾ ਹਾਏ ਘੁੱਗੀ ਨੂੰ ਘੜੀਸੀ ਫਿਰੇ ਕਾਲਾ ਕਾਗ ਨੀ ਵੀਡੀਓ ਬਣਾ ਰਿਹਾ ਹੈਲੋ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਤੇ ਮੈਂ ਸ਼ੂਟ ਖਤਮ ਕਰ ਲਿਆ ਹੋਇਆ ਤੇ ਘਰ ਨੂੰ ਚੱਲੀ ਹਾਂ ਤੇ ਰਸਤੇ 'ਚ ਦਿਖਾਵਾਂਗੇ ਤੁਹਾਨੂੰ ਮੈਂ ਕਿੱਦਾਂ ਕਿੱਦਾਂ ਜਾਂਦੀ ਹਾਂ ਗੱਡੀ ਚਲਾ ਕੇ ਰਸਤੇ 'ਚ ਮੈਂ ਕਿੱਦਾਂ ਇੰਜੋਏ ਕਰਦੀ ਹਾਂ ਤੇ ਹੋਰ ਮੈਂ ਕੱਪੜੇ ਚੇਂਜ ਕਰ ਲਾਂ ਨਾ
ਗਰਮੀ ਬਹੁਤ ਆ, ਮੈਂ ਇੱਦਾਂ ਨਹੀਂ ਜਾ ਸਕਦੀ। ਚਲੋ ਫਿਰ ਮਿਲਦੇ ਹਾਂ ਰਸਤੇ 'ਚ ਦੋਸਤੋ, ਹੈ ਨਾ, ਬਾਏ। ਸੋ ਹਾਏ ਦੋਸਤੋ, ਇੱਥੇ ਨਾ ਇੱਕ ਕੋਇਲ ਬੋਲਦੀ ਪਈ ਆ ਬਹੁਤ ਜ਼ਿਆਦਾ, ਇਹਦੀ ਬਹੁਤ ਮਿੱਠੀ ਆਵਾਜ਼ ਆ, ਮੈਨੂੰ ਬਹੁਤ ਪਸੰਦ ਆ। ਅਤੇ ਆਈ ਥਿੰਕ ਉੱਡ ਗਈ, ਇੱਥੇ ਹੀ ਸੀਗੀ, ਉੱਡ ਗਈ ਕਿਤੇ। ਹੁਣ ਕਾਂ ਬੋਲਦਾ ਪਿਆ, ਕਾਂ ਦੀ ਆਵਾਜ਼ ਕੀ ਸੁਣਨੀ ਆ। ਚਲੋ ਚੱਲੀਏ। ਆ ਜੀ ਆਪਾਂ ਹੁਣ ਰੋਡ 'ਤੇ ਹਾਂ, ਮੈਂ ਕਾਰ ਡਰਾਈਵ ਕਰ ਰਹੀ ਹਾਂ। ਅਤੇ ਆਹ ਦੇਖੋ ਕਣਕ ਪੱਕੀ ਹੋ ਗਈ, ਪੱਕੀ ਹੋ ਗਈ ਕੀ ਕਹਿੰਦੇ, ਪੱਕੀ ਹੋ ਪੱਕ ਗਈ ਕਣਕ ਹੈ। ਅਤੇ ਹੁਣ ਰਸਤੇ 'ਚ ਜਾ ਰਹੀ ਹਾਂ, ਮੈਂ ਡਰਾਈਵ ਵੀ ਕਰਦੀ ਪਈ ਹਾਂ ਨਾਲ ਦੀ ਨਾਲ, ਅਤੇ ਤੁਸੀਂ ਦੇਖ ਰਹੇ ਹੋ। ਅਤੇ ਦੋਸਤੋ ਚਮਕੀਲਾ ਚਮਕੀਲਾ ਮੈਂ ਸੁਣ ਲਵਾਂ, ਲਾ ਦਿਓ ਚਮਕੀਲਾ, ਬਟ ਜੇ ਮੈਂ ਯੂਟਿਊਬ ਉੱਤੇ ਨਾ ਆਹ ਵੀਡੀਓ ਪਾਈ ਤਾਂ ਕਾਪੀ ਰਾਈਟ ਆ ਜਾਣਾ ਯਾਰ, ਔਖਾ ਹੀ ਆ ਇਹ, ਇੱਕ ਇਹ ਚੀਜ਼ ਦਾ ਪੰਗਾ ਆ, ਹੈ ਨਾ। ਅਤੇ ਚਲੋ ਅੱਗੇ ਫਿਰ ਮੈਂ ਹੁੰਦੀ ਹਾਂ। ਦੋਸਤੋ ਦੇਖੋ ਕਿੰਨਾ ਵਧੀਆ ਨਜ਼ਾਰਾ ਹੈ, ਸੂਰਜ ਚੜਿਆ ਹੋਇਆ ਵਾ, ਦੇਖੋ ਖੇਤਾਂ ਵੱਲ ਦੇਖੋ ਮੜਿਆ, ਬਹੁਤ ਵਧੀਆ ਨਜ਼ਾਰਾ ਆ, ਕਿੰਨਾ ਸੋਹਣਾ ਲੱਗਦਾ ਪਿੰਡ ਮੈਨੂੰ। ਮੇਰਾ ਤਾਂ ਦਿਲ ਕਰਦਾ ਮੈਂ ਵਿਆਹ ਹੀ ਇੱਥੇ ਹੀ ਕਰਾ ਲਵਾਂ ਯਾਰ। ਹਾਂ ਹਾਏ ਦੋਸਤੋ, ਆਹ ਦੇਖੋ ਪਿੰਡਾਂ ਦੀਆਂ ਗਲੀਆਂ। ਅਤੇ ਪਹਿਲਾਂ ਤਾਂ ਮੇਰੇ ਨਾਲ ਗੱਲ ਕਰ ਲਓ ਦੋਸਤੋ, ਅੱਜ ਇੱਕ ਇਹੋ ਜਿਹੇ ਬੰਦੇ ਨਾਲ ਮੈਂ ਮਿਲੀ, ਚਮਕੀਲਾ ਦਾ ਫੈਨ ਆ, ਅਤੇ ਬਹੁਤ ਵਧੀਆ ਬੰਦਾ ਸੀਗਾ ਜਿਹਨੂੰ ਮੈਂ ਮਿਲੀ ਹਾਂ, ਅਤੇ ਆਉਣ ਵਾਲੇ ਪ੍ਰੋਜੈਕਟ 'ਚ ਉਹ ਬੰਦਾ ਮੈਂ ਵਿੱਚ ਲਊਂਗੀ। ਅਤੇ ਇਹ ਕੌਣ ਹੈਗਾ ਯਾਰ, ਬਾਹਰ ਮੈਂ ਦੇਖਦੀ ਪਈ ਹਾਂ ਪਿੱਛੋਂ, ਇਹ ਬਹੁਤ ਦੂਰ ਤੋਂ ਇਹ ਗੱਡੀ ਆ ਰਹੀ ਆ, ਇਹ ਪਤਾ ਨਹੀਂ ਮੁੰਡੇ ਦੇਖ ਕੇ ਹੱਸਦੇ ਵੀ ਪਏ ਆ, ਪਤਾ ਨਹੀਂ ਜਾਣ ਪਛਾਣ ਦੇ ਤਾਂ ਨਹੀਂ ਹੈਗੇ, ਬਟ ਮੇਰਾ ਇੱਥੇ ਕਿਹੜਾ ਜਾਣ ਪਛਾਣ ਦਾ ਬੰਦਾ, ਮੈਨੂੰ ਠੀਕ ਨਹੀਂ ਲੱਗ ਰਿਹਾ ਸਿਸਟਮ। ਆਹ ਦੇਖੋ ਮੁੰਡੇ ਬਾਰ ਬਾਰ ਦੇਖੋ ਗੱਲਾਂ ਕਰੀ ਜਾ ਰਿਹਾ, ਹੱਸ ਰਿਹਾ, ਸ਼ਾਇਦ ਇਹ ਵਨ ਵੇ ਆ, ਇਸ ਕਰਕੇ ਮੈਨੂੰ ਭੁਲੇਖਾ ਲੱਗ ਰਿਹਾ। ਚਲੋ ਕੋਈ ਨਹੀਂ, ਆਪਾਂ ਫਿਰ ਅੱਗੇ ਜਾ ਕੇ ਫਿਰ ਵੀਡੀਓ ਔਨ ਕਰਦੇ ਹਾਂ, ਅਤੇ ਉੱਥੇ ਮਿਲਦੇ ਹਾਂ ਥੋੜ੍ਹਾ ਜਿਹਾ, ਹੈ ਇਹਨਾਂ ਨੂੰ ਲੰਘ ਲੈਣ ਦਿਓ, ਪਤਾ ਨਹੀਂ ਕੌਣ ਨੇ, ਮੈਨੂੰ ਵੈਸੇ ਵੀ ਡਰ ਲੱਗ ਰਿਹਾ, ਗੱਡੀ ਮੈਂ ਭਜਾਉਂਦੀ ਹਾਂ, ਅਤੇ ਆਪਣਾ ਸਿੰਗਲ ਰੋਡ ਆ, ਇਸ ਕਰਕੇ ਮੈਂ ਥੋੜ੍ਹਾ ਜਿਹਾ ਮੈਂ ਵੀਡੀਓ ਰੋਕਣ ਲੱਗੀ ਹਾਂ, ਗੱਡੀ ਤਾਂ ਇਹਨਾਂ ਨੇ ਵੀ ਪਹੁੰਚਾ ਲਈ, ਸ਼ਾਇਦ ਇਹ ਵਨ ਵੇ ਆ ਨਾ ਇਸ ਕਰਕੇ। ਆ ਜੀ ਆ ਮੁੰਡੇ ਸੀਗੇ, ਅਤੇ ਇਹ ਹੁਣ ਇਹਨਾਂ ਨੇ ਗੱਡੀ ਤਾਂ ਅੱਗੇ ਭਜਾ ਲਈ ਆ। ਆ ਦੇਖੋ ਜੀ ਆ ਮੁੰਡੇ ਸੀਗੇ, ਆ ਜਿਹੜੀ ਗੱਡੀ ਹੈਗੀ ਹੈ ਨਾ, ਆ ਨੰਬਰ ਦੇਖ ਲਓ, ਇਹ ਮੇਰਾ ਪਿੱਛਾ ਕਰਦੇ ਪਏ ਸੀਗੇ, ਆ ਆ ਮੁੰਡੇ ਦੇਖੀ ਕਿਵੇਂ ਸਮਾਈਲਾਂ ਕਰੀ ਜਾਂਦੇ, ਆ ਮੁੰਡੇ ਸੀਗੇ, ਆ ਇਹਨਾਂ ਦੀ ਵੀਡੀਓ ਬਣਾ ਲੈਂਦੀ ਹਾਂ ਮੈਂ, ਜੇ ਕਿਤੇ ਪ੍ਰੋਬਲਮ ਹੋਈ ਤਾਂ ਕੋਈ ਨਹੀਂ, ਆ ਮੁੰਡੇ ਸੀਗੇ, ਹੁਣ ਬਸ ਆ ਪਿੱਛੇ ਨਾ ਆਉਣ, ਕਿਵੇਂ ਸਮਾਈਲਾਂ ਪਾਸ ਕਰਦੇ ਪਏ ਸੀਗੇ। ਆ ਜੀ ਪਿੰਡਾਂ ਵਾਲੀ ਰੋਡ ਹੈਗੀ ਆ, ਗੱਡੀ ਇੱਦਾਂ ਹਿਲਦੀ ਪਈ ਆ ਜਿਵੇਂ ਕਿ ਮੈਂ ਝੂਟਾ ਲੈਂਦੀ ਪਈ ਹਾਂ, ਆ ਦੇਖੋ ਜੀ ਹਾਏ ਰੋਡ ਹੀ ਬੜੀ ਖਰਾਬ ਆ ਯਾਰ, ਰੋਡ ਬੜੀ ਖਰਾਬ ਆ। ਹਾਂ ਹੋਰ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਸਾਨੇਵਾਲ ਕੰਨੀ, ਅਤੇ ਆਪਾਂ ਨਿਕਲਣ ਲੱਗੇ ਹਾਂ ਇੱਥੋਂ, ਇਹ ਕੌਣ ਨੇ, ਥੋੜੀ ਨਾ ਗੱਲ ਕਰੀ ਦੀ ਹੁੰਦੀ ਆ, ਇਹ ਕੋਈ ਤਰੀਕਾ ਨਹੀਂ ਹੁੰਦਾ ਜੇ ਕਿਸੇ ਦੇ ਫੈਨ ਹੈਗੇ। ਅੱਛਾ ਇੱਕ ਮਿੰਟ ਲੈ, ਵੀਡੀਓ ਬਣਾਈ ਮਾੜਾ ਜਿਹਾ, ਇੱਦਾਂ ਹੀ ਬਣਾਈ ਠੀਕ ਆ,
ਇਦਾਂ ਥੋੜੇ ਨਾ ਹੁੰਦਾ ਤੁਸੀਂ ਜਿੱਦਾਂ ਕਰਦੇ ਹੋ ਜਾਓ ਅਸੀਂ ਤੁਹਾਨੂੰ ਕੀ ਕਹਿੰਦੇ ਆ ਫੋਟੋ ਹੀ ਕਰਾਉਣੀ ਆ ਅਸੀਂ ਇੱਕ ਹੋਰ ਕੀ ਕਰਨਾ ਮੈਂ ਨਾ ਤੁਹਾਨੂੰ ਪਹਿਲਾਂ ਹੀ ਦੇਖਦੀ ਹੋਈ ਆਈ ਆ ਠੀਕ ਆ ਤੁਸੀਂ ਕਿੰਨੇ ਟਾਈਮ ਤੋਂ ਫੋਲੋ ਕਰ ਰਹੇ ਹੋ ਤੁਸੀਂ ਪਿੱਛੇ ਹੀ ਰੋਕ ਲੈਂਦੇ ਉੱਥੇ ਹੀ ਕਰਾ ਕੇ ਫੋਟੋ ਚਲੇ ਜਾਂਦੇ ਕਿਉਂ ਕਰਾਵਾਂ ਤੁਹਾਡੇ ਨਾਲ ਫੋਟੋ ਹੈ ਕਿਹੜਾ ਖਾਣ ਲੱਗਿਆ ਤੁਹਾਨੂੰ ਸਾਡਾ ਦਿਲ ਕਰਦਾ ਫੋਟੋ ਕਰਾਉਣੀ ਪੈਣੀ ਆ ਬਸ ਕਿਉਂ ਬਸ ਨਹੀਂ ਲੱਗਦੀ ਹਾਂ ਨਹੀਂ ਮੈਨੂੰ ਪਤਾ ਤੁਸੀਂ ਦਾਰੂ ਪੀਂਦੇ ਪਏ ਸੀ ਜੇ ਹੁਣ ਤੁਸੀਂ ਦਾਰੂ ਪੀ ਕੇ ਹੁਣ ਫੋਟੋ ਕਰਾਉਂਗੇ ਦੰਦ ਛੱਡੀ ਹੋਈ ਆ ਸੌਣ ਲੱਗੇ ਸਾਸੇ ਵਾਲੀ दारू दुरू पीती सीगी ते हुण इह मतलब पिछे आ रहे आ ਕੋਈ ਨੀ ਚਲੋ ਆਪਦਾ ਪਾਗਲ ਹੋਈ ਫਿਰਦੀ ਆ ਜੇ ਮੈਂ ਨਹੀਂ ਕਰਾਉਣਾ ਚਾਹੁੰਦੀ ਫੋਟੋ ਜੇ ਮੈਂ ਨਹੀਂ ਮਿਲਣਾ ਚਾਹੁੰਦੀ ਮੈਂ ਉਧਰ ਇੱਕ ਬੰਦਾ ਹੁੰਦਾ ਫੈਨ ਤੇ ਉਹ ਦੇਖ ਵੀਰਾ ਆ ਰਿਹਾ ਪਿੱਛੇ
ਲਿਆ ਹੋਇਆ ਤੇ ਇਹਨਾਂ ਨੂੰ ਹੁਣ ਆਪਾਂ ਦਿਖਾਵਾਂਗੇ ਕੋਈ ਨਹੀਂ ਆਪਾਂ ਸੱਚੀ ਕਹਾਂ ਪਿਸਟਲ ਪੁਸਟਲ ਲੈਣੀ ਪੈਣੀ ਆ ਇੱਦਾਂ ਨਹੀਂ ਹਟਦੇ ਹੁੰਦੇ ਇੱਕ ਫੈਨ ਹੁੰਦਾ ਬਹੁਤ ਵਧੀਆ ਇੱਕ ਇੱਦਾਂ ਦੇ ਫੈਨ ਹੁੰਦੇ ਆ ਜਿਹੜੇ ਕਿ ਲੁੱਚੇ ਲਫੰਡੇ ਜਿਹੜੇ ਹੁੰਦੇ ਆ ਨਾ ਇਹ ਇੱਦਾਂ ਹੀ ਹੁੰਦੇ ਆ ਦੋ ਮਿੰਟ ਬੰਦ ਕਰੀ ਮੈਂ ਦੁਬਾਰਾ ਮੈਂ ਪਾਣੀ ਪੂਣੀ ਦਈ ਮੈਨੂੰ ਪਾਣੀ ਦਈ ਮੈਨੂੰ ਆ ਜੀ ਦੇਖੋ ਇੰਨੇ ਵਧੀਆ ਨੇ ਵੀਰ ਜੀ ਕਿ ਇਹ ਆਪ ਛੱਡਣ ਲਈ ਜਾ ਰਹੇ ਆ ਜੀ ਰੋਡ ਤੇ ਹਾਈਵੇ ਤੇ ਆ ਪਿੰਡਾਂ ਪਿੰਡਾਂ ਤੋਂ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਗਲੀ ਤੇ ਆਪ ਛੱਡਣ ਲਈ ਜਾ ਰਹੇ ਆ ਹਾਈਵੇ ਤੇ ਬਹੁਤ ਵਧੀਆ ਨੇ ਆਪਾਂ ਟਰੱਕ ਡਰਾਈਵਰ ਨੂੰ ਮਾੜਾ ਕਹਿੰਦੇ ਆ ਬਟ ਨਹੀਂ ਇਹ ਤਾਂ ਇਹਨਾਂ ਤੋਂ ਵਧੀਆ ਕੋਈ ਬੰਦਾ ਨਹੀਂ ਹੈਗਾ ਕਈ ਹੁੰਦੇ ਆ ਖਰਾਬ ਬਟ ਕਾਫੀ ਏਦਾਂ ਦੇ ਹੈਗੇ ਆ ਹਲੇ ਵੀ ਇਨਸਾਨੀਅਤ ਕਾਇਮ ਆ ਇਨਸਾਨੀਅਤ ਹੈਗੀ ਕੋਈ ਨੀ ਭੈਣੇ ਤੁਸੀਂ ਅੱਗੇ ਤੋਂ ਧਿਆਨ ਰੱਖਣਾ ਕਦੇ ਵੀ ਇਕੱਲੇ ਨਹੀਂ ਆਉਣਾ ਹੈਗਾ ਤੁਹਾਨੂੰ ਪਤਾ ਵਾ ਮਾਹੌਲ ਕੀ ਹੋਇਆ ਹੋਇਆ ਪੰਜਾਬ ਦਾ ਖਰਾਬ ਆਹ ਰਸਤਾ ਸਿੱਧਾ ਜਾਊਗਾ ਰੋਡ ਤੇ ਚੜੂਗਾ ਅੱਗੇ ਤੋਂ ਧਿਆਨ ਰੱਖਿਓ ਕਦੇ ਵੀ ਪਿੰਡਾਂ ਦੇ ਵਿੱਚ ਨਾ ਵੜਿਓ ਜਿਵੇਂ ਚਾਰ ਮੁੰਡੇ ਤੁਹਾਨੂੰ ਖਰਾਬ ਕਰਦੇ ਸੀ ਧਿਆਨ ਰੱਖਿਆ ਕਰੋ ਆਪਣਾ ਨਹੀਂ ਮੇਰੇ ਪਤਾ ਕਿ ਇਹ ਮੁੰਡਾ ਵੀ ਨਾਲ ਸੀਗਾ ਇਹਦਾ ਵੀ ਵਿਚਾਰੇ ਦਾ ਕੋਈ ਬਸ ਨਹੀਂ ਚੱਲਿਆ ਉਹ ਚਾਰ ਜਣੇ ਸੀਗੇ ਸਾਡੇ ਉਹ ਤਾਂ ਹੈ ਹੁਣ ਤੁਹਾਡੀ ਗੱਡੀ ਵੀ ਭੰਨੀ ਗਈ ਹਾਂ ਗੱਡੀ ਵੀ ਤੋੜਤੀ ਉਹਨਾਂ ਨੇ ਚਲੋ ਤੁਹਾਡਾ ਬਚਾਅ ਹੋ ਗਿਆ ਬਹੁਤ ਸ਼ੁਕਰੀਆ ਰੱਬ ਦਾ ਮੈਂ ਤਾਂ ਆਪਣਾ ਹੀ ਮੇਰਾ ਬਚਾਅ ਹੋ ਗਿਆ ਤੁਸੀਂ ਆ ਗਏ ਜੀ ਤੁਹਾਡੇ ਕੋਲ ਤਾਂ ਹਥਿਆਰ ਵੀ ਸੀਗਾ ਸਹੀ ਗੱਲ ਸੀਗਾ ਸਾਡੇ ਕੋਲ ਕੁਝ ਸੀਗਾ ਨਹੀਂ ਤਾਂ ਇਹਨਾਂ ਨੇ ਹੱਥ ਪਾ ਲੈਣਾ ਸੀ ਸਾਨੂੰ ਨਹੀਂ ਅੱਜ ਕੱਲ ਬੰਦਾ ਸੇਫ ਹੀ ਨਹੀਂ ਹੈਗਾ ਇਕੱਲਾ ਤੁਹਾਨੂੰ ਪਤਾ ਤਾਂ ਹੈਗਾ ਹੁਣ ਤੁਸੀਂ ਇੱਧੇ ਦੇ ਆਇਓ ਸਿੱਧਾ ਧਿਆਨ ਰੱਖਿਓ ਹਾਂਜੀ ਆ ਰੋਡ ਸਿੱਧਾ ਹੀ ਜਾਂਦਾ ਹਾਂਜੀ ਹਾਂਜੀ ਹਾਈਵੇ ਤੇ ਜਾਊਗਾ ਪਿੰਡ ਤਾਂ ਨਹੀਂ ਆਊਗਾ ਨਾ ਨਾ ਪਿੰਡ ਵਾਲਾ ਰਸਤਾ ਕਦੇ ਵੀ ਨਹੀਂ ਜਾਣਾ ਰਾਤ ਦਾ ਟਾਈਮ ਆ ਤੁਸੀਂ ਸਿੱਧਾ ਜਾਇਓ ਕੋਈ ਨਹੀਂ ਆਪਦਾ ਦੇਖ ਕੇ ਜਾਇਆ ਕਰੋ ਕੋਈ ਨਹੀਂ ਹੁਣ ਤੁਸੀਂ ਆਪਦਾ ਦੇਖ ਕੇ ਜਾਇਓ ਠੀਕ ਹੈ ਨਾ ਸਿੱਧਾ ਜਾਇਓ ਅੱਗੇ ਦੇਖਿਓ ਨਾ ਰੁਕਿਓ ਮੈਂ ਕਿਤੇ ਵੀ ਆ ਰੋਡ ਸਿੱਧਾ ਚੜੂਗਾ ਰੋਡ ਠੀਕ ਹੈ ਆਪਦਾ ਧਿਆਨ ਰੱਖਿਓ ਚਲੋ ਵੀਰੇ ਤੁਸੀਂ ਵੀ ਨਾਲ ਜਾਓ ਧਿਆਨ ਰੱਖਿਆ ਕਰੋ ਲਓ ਜੀ ਦੋਸਤੋ ਹੁਣ ਮੈਂ ਆਪਣੇ ਸ਼ਹਿਰ ਪਹੁੰਚ ਚੁੱਕੀ ਹਾਂ ਤੇ ਮੈਂ ਹੁਣ ਚੱਲ ਜਾਣ ਲੱਗੀ ਹਾਂ ਆਪਣੇ ਘਰੇ ਤੇ ਮੈਂ ਸੇਫ ਹਾਂ ਤੇ ਭਲਾ ਹੋਵੇ ਉਸ ਬੰਦੇ ਦਾ ਜਿਹਨੇ ਸਾਨੂੰ ਇਸ ਰਸਤੇ 'ਚ ਪਾਇਆ ਤੇ ਹਾਈਵੇ ਤੇ ਛੱਡ ਕੇ ਗਏ ਵੀਰ ਜੀ ਸਾਡੇ ਟਰੱਕ ਡਰਾਈਵਰ ਵੀਰ ਜੀ ਸਾਰੇ ਟਰੱਕ ਡਰਾਈਵਰ ਮਾੜੇ ਨਹੀਂ ਹੁੰਦੇ ਕੁਛ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਸਾਡੇ ਵੀ ਘਰੇ ਭੈਣਾਂ ਨੇ ਤੇ ਉਹਨਾਂ ਦੀ ਇੱਜ਼ਤ ਦਾ ਮਾਣ ਸਨਮਾਨ ਕਿੱਦਾਂ ਮਤਲਬ ਮੈਂ ਹੁਣ ਕੀ ਕਹਾਂ ਮੈਂ ਆਪ ਬੋਲਣ ਲੱਗੀ ਹੋਈ ਹਾਂ ਕਿ ਮੈਂ ਇਹੋ ਜਿਹਾ ਪਹਿਲਾਂ ਕਦੇ ਫੇਸ ਨਹੀਂ ਕੀਤਾ ਤੇ ਹੁਣ ਮੈਂ ਬਿਲਕੁਲ ਵੀ ਨਹੀਂ ਇਕੱਲੀ ਜਾਊਂਗੀ ਜਾਂ ਮੈਂ ਹੁਣ ਇਕੱਲੀ ਜਾ ਹੀ ਨਹੀਂ ਸਕਦੀ ਸ਼ੂਟ ਤੇ ਪਤਾ ਨਹੀਂ ਅੱਜ ਕੱਲ੍ਹ ਮੈਨੂੰ ਲੱਗਦਾ ਕਿ ਕੁਝ ਜ਼ਿਆਦਾ ਹੀ ਹੋ ਗਿਆ ਸੋਸ਼ਲ ਮੀਡੀਆ ਤੇ ਸੋ ਸੇਫਟੀ ਨਹੀਂ ਹੈਗੀ ਤੇ ਹੁਣ ਚੱਲੀ ਹਾਂ ਘਰੇ ਚੈਨ ਦੀ ਨੀਂਦ ਲਊਂਗੀ ਬਾਏ ਇਹ ਵਲੌਗ ਇੱਥੇ ਹੀ ਖਤਮ ਕਰਦੇ